ਲਾਹੌਰ ਦੇ ਨਵਾਬ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਜਦੋਂ ਪਾਈਤਾਰੂ ਸਿੰਘ ਜੀ ਨੂੰ ਕੈਦ ਕਰਕੇ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਨੇ ਗੱਜ ਕੇ ਫਤਿਹ ਬੁਲਾਈ। ਜ਼ਕਰੀਆ ਖਾਨ ਨੂੰ ਲੱਗਾ ਜਿਵੇਂ ਕਿਸੇ ਨੇ ਉਸ ਦੀ ਕੱਟੀ ਹੋਈ ਉਂਗਲੀ ਤੇ ਨਮਕ ਛਿੜਕ ਦਿੱਤਾ ਹੋਵੇ। ਨਵਾਬ ਨੇ ਪਾਈਤਾਰੂ ਸਿੰਘ ਜੀ ਨੂੰ ਕਿਹਾ ਕਿ ਤੇਰੇ ਉੱਪਰ ਇਲਜ਼ਾਮ ਹੈ ਕਿ ਤੂੰ ਹਕੂਮਤ ਦੇ ਬਾਗੀਆਂ ਅਰਥਾਤ ਸਿੱਖਾਂ ਦੀ ਮਦਦ ਕਰਦਾ ਹੈ ਅਤੇ ਉਨ੍ਹਾਂ ਨੂੰ ਲੰਗਰ, ਬਿਸਤਰ, ਵਸਤਰ ਆਦਿ ਪਹੁੰਚਾਉਂਦਾ ਹੈ। ਪਾਈਤਾਰੂ ਸਿੰਘ ਜੀ ਦਾ ਜਵਾਬ ਸੀ ਕਿ ਸੇਵਾ ਕਰਨਾ ਮੇਰਾ ਧਰਮ ਹੈ। ਫਿਰ ਉਹ ਚਾਹੇ Hindu, Musalman ਜਾਂ Sikh ਹੋਵੇ। ਫਿਰ ਉਹ ਤੇ ਮੇਰੇ ਗੁਰੂ ਪਾਈ ਹਨ। ਉਨ੍ਹਾਂ ਦੀ ਮਦਦ ਕਰਨਾ ਮੇਰਾ ਧਰਮ ਵੀ ਹੈ ਅਤੇ ਕਰਨ ਦਾ ਇਲਜ਼ਾਮ ਲਗਾ ਕੇ ਪਾਈ ਤਾਰੂ ਸਿੰਘ ਜੱਗਿਆ ਦੋ ਸ਼ਰਤਾਂ ਰੱਖੀਆਂ ਕਿ ਤਨ ਦੌਲਤ ਜ਼ਰ ਜ਼ਮੀਨ ਰਤਬਾ ਪਦਵੀ ਆਦੀ ਲੈ ਕੇ ਕੇਸ ਘਟਵਾ ਕੇ ਮੁਸਲਮਾਨ ਬਨ ਜਾਓ ਅਤੇ ਆਰਾਮ ਦਾ ਜੀਵਨ ਜਿਓ ਜਾਂ ਫਿਰ ਮੌਤ ਲਈ ਤਿਆਰ ਹੋ ਜਾਓ ਪਾਈ ਤਾਰੂ ਸਿੰਘ ਜੀ ਨੇ ਦੂਜੀ ਸ਼ਰਤ ਨੂੰ ਤਰਜੀ ਦੇਂਦੇ ਕਿਹਾ ਕਿ ਆਪਣਾ ਧਰਮ ਤਿਆਗਨ ਨਾ ਲੋ ਆਪਣੇ ਧਰਮ ਲਈ ਕੁਰਬਾਨ ਹੋ ਜਾਣਾ ਮੇਰੇ ਲਈ ਸਭ ਤੋਂ ਵੱਡੀ ਦੌਲਤ ਅਤੇ ਰਤਬਾ ਹੈ ਜੇ ਮੁਸਲਮਾਨ ਹੋ ਜਾਣਾ ਲ ਮੌਤ ਨਹੀਂ ਆਉਂਦੀ ਤਾਂ ਮੈਂ ਮੁਸਲਮਾਨ ਬਨਨ ਨੂੰ ਤਿਆਰ ਹਾਂ ਪਰ ਜੇ ਮੁਸਲਮਾਨ ਹੋ ਕੇ ਬਿਮਾਰ ਹੀ ਜਾਣਾ ਹੈ ਤਾਂ ਆਪਣੇ ਧਰਮ ਵਿੱਚ ਰਹਿ ਕੇ ਆਪਣੇ ਗੁਰੂਆਂ ਦੇ ਰਾਹ ਤੇ ਚੱਲ ਕੇ ਮਰਨਾ ਮੇਰੇ ਲਈ ਸਭ ਤੋਂ ਵੱਡਾ ਇਨਾਮ ਅਤੇ